ਅੱਜ ਮੇਰੀ ਪਿਆਰੀ ਬੇਗਮਾਂ ਨੇ ਕਿਹਾ ਬਣਾਇਆ ਖਾਣੇ ਦੇ ਵਿੱਚ, ਜਲਦੀ ਕਰੋ, ਅੱਜ ਬੜੀ ਭੁੱਖ ਸਤਾ ਰਹੀ ਹੈ। ਥੋੜ੍ਹੇ ਦੂਰ ਨਾਲ ਸ਼ਾਦੀ ਕਰਕੇ ਤਾਂ ਮੈਨੂੰ ਬੜਾ ਸਕੂਨ ਤਾਂ ਮਿਲ ਰਿਹਾ, ਲੇਕਿਨ ਨਾਲ ਪਰੇਸ਼ਾਨੀ ਵੀ ਹੋ ਰਹੀ ਹੈ। ਇੱਕ ਤਾਂ ਤੁਸੀਂ ਟਾਈਮ 'ਤੇ ਰੋਟੀ ਨਾ ਪਕਾਉਂਦੀਆਂ, ਜਿਹਦੀ ਵਜ੍ਹਾ ਤੋਂ ਭੁੱਖ ਜਿਹੜੀ ਲੱਗੀ ਹੁੰਦੀ ਹੈ ਉਹ ਅਗਲੀ ਵੀ ਖਤਮ ਹੋ ਜਾਂਦੀ ਹੈ। ਚੱਲ ਮੇਰੀ ਪਿਆਰੀ ਬੇਗਮ, ਵੱਡੀ ਪਿਆਰੀ ਬੇਗਮ ਔਰ ਪਿਆਰੀ ਬੇਗਮ, ਪਿਆਰਾਂ ਬਹੁਤ ਵਾਲੀ ਸ਼ੀਰੀ ਰਹਿਮਾਨ, ਜਲਦੀ ਕਰ ਇਹ ਪਿਆਰਾ ਬਣਾਏ ਅਤੇ ਰੋਟੀ ਛੱਡ, ਗਰਮ ਗਰਮ ਰੋਟੀ ਮੈਂ ਜ਼ਰਾ ਖਾਵਾਂ ਤਾਂ ਭੁੱਖ ਪੁਜਾਵਾਂ, ਤਾਂ ਫਿਰ ਮੈਨੂੰ ਬੜੇ ਹੋਰ ਮੈਂ ਕੰਮ ਕਰਨੇ ਨੂੰ। ਨਾਲ ਇਹ ਦੇਖੋ ਨਾ ਜਿਹੜੀ ਸੈਕਿੰਡ ਕੀਤੀ ਇਹ ਤਾਂ ਬਿਲਕੁਲ ਸੁਰਖੀ ਪਾਊਡਰ ਹੀ ਇਸ 'ਤੇ ਨਹੀਂ ਪੂਰੇ ਹੁੰਦੇ, ਇਹ ਘਰ ਅੱਬੇ ਦੇ ਘਰ ਵੀ ਇਸੀ ਤਰ੍ਹਾਂ ਸੁਰਖੀ ਪਾਊਡਰ ਹੀ ਲਾਉਂਦੀ ਰਹੀ ਹੈ, ਤਾਂ ਹੋਰ ਕੰਮ ਤਾਂ ਇਸ ਹੈ ਕੋਈ। ਤੂੰ ਬੇਗਮ ਕੋਈ ਥੋੜ੍ਹਾ ਬਹੁਤਾ ਸਹੀ ਕਰਦੀ ਹੈ, ਵੱਡੀ ਬੇਗਮ ਮੈਂ ਤੈਨੂੰ ਕੁਝ ਮੇਰਾ ਖਿਆਲ ਆਉਂਦਾ, ਸਵਾਦੂਗਾ ਵਿਆਹ ਕੇ ਇਸ ਵਾਸਤੇ ਲਾਇਆ, ਲੂਡਾ ਲਾਡਾ ਮੈਂ ਰੱਖਿਆ, ਲੇਕਿਨ ਨਿੱਕੀ ਤਾਂ ਮੈਂ ਕਾਪੀ ਕਰਦੀ ਰਹਿੰਦੀ ਹੈ। ਮਿਊਜ਼ਿਕ ਰੋਟੀ ਮਿਲ ਜਾਵੇ ਆਪਣੇ ਅੱਬਾ ਨਵਾਜ਼ ਸ਼ਰੀਫ ਦੀ ਗੱਲ ਵੀ ਮੈਂ ਕਿਸ ਤਰ੍ਹਾਂ ਲੂਡੀ ਲਾਡੀ ਗਈ ਹਾਂ, ਤੇ ਹੁਣ ਮੇਰੇ ਕੋਲ ਕੰਮ ਤਾਂ ਨਹੀਂ ਹੁੰਦਾ, ਅੱਬੋ ਤੇ ਡੋਰੇ ਡਾਲਦਾ ਰਿਹਾ, ਤਾਂ ਹੁਣ ਕਹਿਣਾ ਮੇਰੇ ਕੋਲ ਰੋਟੀ ਨਹੀਂ ਪੱਕਦੀ, ਤਾਂ ਉਹ ਕੰਮ ਨਹੀਂ ਹੁੰਦਾ, ਫਲਾਂ ਕੰਮ ਨਹੀਂ ਹੁੰਦਾ। ਰੋਟੀ ਪਕਾਉਣ ਵਾਸਤੇ ਹੀ ਪਹਿਲੀ ਬੇਗਮ ਜਿਹੜੀ ਤੋਂ ਉੱਧਰ ਰੱਖੀ ਹੋਈ ਥੋੜ੍ਹੀ ਹੈ, ਇਹ ਝਾੜੂ ਵੀ ਦੇ ਸੀ, ਸਾਰੇ ਘਰ ਦੇ ਕੰਮ ਸ਼ੰਮ ਕਰੀ ਸੀ, ਮੈਂ ਤਾਂ ਸਿਰਫ ਬਣ ਠਣ ਕਰ ਰਿਹਾ ਸਨ। ਉਸ ਵਕਤ ਮੈਂ ਜੁੰਮੀ ਚਟੀਆਂ ਕਰਦੇ ਰਿਹਾ, ਜੱਫੀਆਂ ਪਹਿਨਦਾ ਰਿਹਾ, ਜੋ ਕੋਈ ਤੂੰ ਹੀ ਹੈ, ਤੇ ਹੁਣ ਮੈਨੂੰ ਕਹਿਣਾ ਜੀ ਕੰਮ ਨਹੀਂ ਕਰਦੀ, ਕੰਮ ਤਾਂ ਅਸਾਂ ਆਪਣੇ ਅੱਬਾ ਦੇ ਘਰ ਵੀ ਨਹੀਂ ਕੀਤਾ, ਤੇ ਹੁਣ ਇੱਥੇ ਅਸਾਂ ਆ ਕੇ ਕੀ ਕਰਨਾ, ਸਿਰਫ ਅਸਾਂ ਤਾਂ ਪਿਆਰ ਮੁਹੱਬਤ ਨਾਲ ਤੈਨੂੰ ਪਸਾਕਤ ਨਾਲ ਰੱਖਣਾ, ਤੇ ਨਾਲ ਰੈਪੂਟੇਸ਼ਨ ਲਾਣੀ ਨਾ ਮੇਰੇ ਪਿਆਰਿਆ ਸਰਤਾਜਾ। ਬੁੱਢੀ ਖੁਸ਼ੀ ਹੋ ਗਈ ਆ, ਹੁਣ ਤੈਨੂੰ ਮੇਰੇ ਚ ਮਜ਼ਾ ਦੇਖਣ ਨੀ ਆ ਰਿਹਾ, ਤਾਂ ਹੁਣ ਤੂੰ ਇਸ ਨਾਲ ਸ਼ਾਦੀ ਕਰਦਾ, ਤੇ ਹੁਣ ਤੂੰ ਕਹਿਣਾ ਰੋਟੀ ਨਹੀਂ ਪਕਾਉਂਦੀ, ਹੁਣ ਇਸ ਨੇ ਇਹੀ ਕਰਨਾ ਨਾ, ਨਹੀਂ ਤੇ ਮੈਂ ਹੋਰ ਥੋੜੇ ਦਿਨਾਂ ਬਾਅਦ ਮੈਂ ਤਾਂ ਬਿਲਕੁਲ ਕੋਈ ਨੀ ਇਸ ਕੰਮ ਕਰਨਾ, ਆਪਣੇ ਪੱਖਾ ਵੇ ਤਾਂ ਆਪਾਂ ਖਾ ਪੇ ਖਾਵੇ, ਠੀਕ ਹੈ ਨਾ ਮੇਰੇ ਪਿਆਰੇ ਸਰਤਾਜ, ਮੇਰੇ ਨਾਲ ਮੁਹੱਬਤ ਹੀ ਤੇ ਠੀਕ ਹੈ, ਜੇ ਕੰਮ ਤੇ ਲਾ, ਨਹੀਂ ਤੇ ਮੈਂ ਕੋਈ ਨੀ ਕੰਮ ਕਰਨਾ, ਇਹ ਰਹਾ ਨਹੀਂ ਜਾਤ। ਪਿਆਰੇ ਸੰਗੀਆਂ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸਬਸਕ੍ਰਾਈਬ ਕਰ ਦਿਓ, ਨਾਲੇ ਲੱਗੇ ਘੰਟੀ ਦੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ, ਤਾਂ ਕਿ ਜਿਹੜਾ ਵੀ ਅਸੀਂ ਤੁਹਾਨੂੰ ਆਸਾਨ ਵਾਸਤੇ ਨਵਾਂ ਫਾਕਾ ਲੈ ਕੇ ਆਉਂਦੇ ਹਾਂ, ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸਾਂ ਨੂੰ ਮਿਲਦਾ ਰਹੇ। ਅਗਰ ਕਿਸੇ ਦੋਸਤ ਦਿਲ ਆਜ਼ਾਰੀ ਹੋਈ ਹੋਵੇ ਤਾਂ ਅਸੀਂ ਦਿਲ ਨਾਲ ਮਦਦ ਖਾਵਾਂ, ਸਿਰਫ ਤੁਹਾਨੂੰ ਆਸਾਨ ਵਾਸਤੇ ਇਹ ਫਨੀ ਖਾਕੇ ਸਿਆਸਤ ਹੈ ਮਬਨੀ ਬਣਾਏ ਜਾਂਦੇ ਹਨ।